ਕੀ ਹਾਲ ਚਾਲ ਨੇ ਬਰਾਵੋ ਜੀ? ਤੁਸੀਂ ਚਾਚਾ ਜੀ ਤੇ ਉਹ ਬਾਈ ਨੇ ਜੀ ਜੀ। ਸਭ ਤੋਂ ਪਹਿਲਾਂ ਮੈਨੂੰ ਆਪਣੇ ਲੋਕੇਸ਼ਨ ਦੱਸੋ, ਡਰੈਸ ਦੱਸੋ ਤੇ ਨਾਲ ਨਾਮ ਵੀ ਦੱਸੋ। ਹਾਂਜੀ, ਇਹ ਹਾਜੀ ਇਰਸ਼ਾਦ ਦਾ ਫਾਰਮ ਹੈ ਜੀ। ਅੱਛਾ, ਤੇ ਆਪਣਾ ਬਿਸਮਿਲ੍ਲਾ ਕੈਟਲ ਫਾਰਮ ਤੇ ਬਾਈ ਬਾਈ ਕੈਟਲ ਫਾਰਮ, ਬਾਈ ਬਾਈ ਕੈਟਲ ਫਾਰਮ ਤੇ ਮੋੜ ਇਮਨਾਬਾਦ। ਅੱਛਾ, ਇਹ ਮੈਕਡੋਨਲਡ ਦੇ ਪਿੱਛੇ, ਮੈਕਡੋਨਲਡ ਦੀ ਬੈਕ ਸਾਈਡ ਤੇ ਟਰੈਕਟਰਾਂ ਵਾਲੀ ਗਲੀ ਮਸ਼ਹੂਰ ਹੈ, ਟਰੈਕਟਰਾਂ ਵਾਲੀ ਗਲੀ ਮਸ਼ਹੂਰ ਹੈ। ਅੱਛਾ ਅੱਛਾ, ਤੇ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਕਿੰਨੇ ਇਸ ਟਾਈਮ ਆਪਣੇ ਫਾਰਮ ਦੇ ਬੱਚੇ ਮੌਜੂਦ ਖੜੇ ਨੇ, ਉਹ ਵੀ ਕੁਰਬਾਨੀ 2024 ਵਾਲੇ? 50 ਜੀ, 50 ਜਾਨਵਰ ਨੇ, 50 ਬੱਚੇ ਮੌਜੂਦ ਖੜੇ। ਮਾਸ਼ਾਅੱਲਾ, ਬੱਚੇ ਚੈੱਕ ਕਰ ਸਕਦੇ, ਮਾਸ਼ਾਅੱਲਾ ਇੱਕ ਦੂਜੇ ਤੋਂ ਵੱਧ ਬੱਚਾ ਖੜਾ ਹੈ। ਅੱਛਾ, ਮੈਂ ਇੱਕ ਹੋਰ ਅੱਜ ਕੁਝ ਸਵਾਲ ਕਰਾਂਗਾ, ਉਸ ਤੋਂ ਬਾਅਦ ਬਾਕੀ ਗੱਲਾਂ ਹੋਣਗੀਆਂ ਕੁਰਬਾਨੀ ਦੇ ਬੱਚਿਆਂ ਨੂੰ ਮਤਲਬ। ਖੁੱਲ੍ਹ ਕੇ ਬੋਲਣਾ, ਟੈਨਸ਼ਨ ਨਹੀਂ ਲੈਣੀ, ਸਭ ਤੋਂ ਪਹਿਲੇ ਘਬਰਾਉਣਾ ਨਹੀਂ ਹੈ। ਅੱਛਾ, ਮੈਨੂੰ ਇਹ ਦੱਸਣਾ ਕਿਵੇਂ ਸ਼ੌਕ ਪੈਦਾ ਵਾ ਇਹਨਾਂ ਬੱਚਿਆਂ ਦਾ? ਸ਼ੌਕ ਬਸ ਬਚਪਨ ਤੋਂ ਹੀ ਸੀ। ਅੱਛਾ, ਬੱਚਿਆਂ ਦਾ ਸ਼ੌਕ ਇਸ ਤਰ੍ਹਾਂ ਪੈਦਾ ਹੋਇਆ ਕਿ ਆਪਣੀ ਕੁਰਬਾਨੀ ਤੋਂ ਇਹ ਸ਼ੌਕ ਸ਼ੁਰੂ ਹੋਇਆ ਸੀ। ਅੱਛਾ, ਆਪਣੀ ਕੁਰਬਾਨੀ ਤੋਂ? ਆਪਣੀ ਕੁਰਬਾਨੀ ਤੋਂ ਸ਼ੌਕ ਸ਼ੁਰੂ ਹੋਇਆ ਸੀ। ਪਹਿਲੇ ਇੱਕ ਪਾਲਿਆ। ਅੱਛਾ, ਆਪਣੇ ਕੋਲ, ਫਿਰ ਉਸ ਤੋਂ ਬਾਅਦ ਆਹਿਸਤਾ ਆਹਿਸਤਾ ਵਧਾਉਂਦੇ ਰਹੇ ਜੀ। ਅੱਛਾ, ਤੇ ਫਿਰ ਲੋਕਾਂ ਨਾਲ ਰਾਬਤੇ ਹੋਏ, ਉਸ ਤਰ੍ਹਾਂ ਬਾਈ ਨਾਲ ਰਾਬਤਾ ਹੋਇਆ। ਅੱਛਾ, ਫਿਰ ਅਸੀਂ ਰਲ ਕੇ ਫਿਰ ਆਪਸ 'ਚ ਇਸ ਪਾਸੇ ਕੰਮ ਸ਼ੁਰੂ ਕਰ ਤਾਂ ਕਿੰਨਾ ਅਰਸਾ ਦਰਾਜ਼ ਹੋ ਗਿਆ ਇਸ ਕੰਮ ਵਿੱਚ ਆਇਆਂ ਨੂੰ? ਹੁਣ ਇਹ ਤਕਰੀਬਨ ਸਾਨੂੰ 7-8 ਸਾਲ ਹੋ ਗਏ ਨੇ। 7-8 ਸਾਲ ਵਿੱਚ ਜੀ ਕਿੱਥੇ ਮਾਰਾਂ ਖਾਧੀਆਂ, ਕਿੱਥੇ ਮੁਨਾਫਾ ਕਮਾਇਆ, ਇਹ ਗੱਲਾਂ ਸਾਫ਼ ਦੱਸਣੀਆਂ ਨੇ। ਜਦੋਂ ਅਸੀਂ ਲੋਕਾਂ ਦਾ ਵੰਡਾ ਪਾਉਂਦੇ ਸਨ, ਅੱਛਾ, ਤੇ ਉਦੋਂ ਸਾਨੂੰ ਰਿਜ਼ਲਟ ਕੋਈ ਨਹੀਂ ਸੀ ਲੱਭਦਾ, ਕੱਖ ਨਹੀਂ ਲੱਭਦਾ ਸੀ, ਕੱਖ ਨਹੀਂ ਸੀ ਲੱਭਦਾ, ਓਏ ਹੋਏ, ਨਾ ਕੰਪਨੀ ਦਾ ਨਾ ਦੂਸਰਿਆਂ ਦਾ। ਅੱਛਾ ਚਾਚਾ, ਜਦੋਂ ਅਸਾਂ ਆਪਣਾ ਬਣਾਇਆ, ਆਪਣੇ ਸਾਫ਼ ਸੁਥਰੀ ਚੀਜ਼ਾਂ ਲਿਆਂਦੀਆਂ, ਆਪਣੇ ਹੱਥੀ ਵੰਡਾ ਬਣਾਇਆ, ਮਾਸ਼ਾਅੱਲਾ, ਤੇ ਫਿਰ ਸਾਡੇ ਰਿਜ਼ਲਟ ਤੁਹਾਡੇ ਸਾਹਮਣੇ। ਵਾਕਿਆ ਹੁਣ ਤਾਂ ਮੈਂ ਵਹਾਣਾ ਚਾਹਣਾ ਇਹ ਜਜ਼ਬਾ ਜਨੂਨ, ਮਾਸ਼ਾਅੱਲਾ, ਆ ਇਹੋ ਜਜ਼ਬਾ ਜਿੰਦੀ ਵਜ੍ਹਾ ਤੋਂ ਮਾਸ਼ਾਅੱਲਾ ਆ ਚਮਕ ਚੈੱਕ ਕਰੋ, ਬਾਕੀ ਗੱਲਾਂ ਛੱਡ ਦਿਓ, ਮਿੱਟੀ ਪਾਓ, ਆ ਇਹ ਰਿਜ਼ਲਟ। ਬਾਕੀ ਮੈਂ ਚੀਜ਼ਾਂ ਪੁੱਛਾਂਗਾ, ਉਹ ਕਿਹੜੀ ਸ਼ਹਿਰ ਤੋਂ ਰਿਜ਼ਲਟ ਲਿਆ ਨੇ, ਕਿੱਥੇ ਕਿੱਥੋਂ ਰਿਜ਼ਲਟ ਫਾਇਦਾ ਉਠਾਇਆ ਨੇ। ਅੱਛਾ, ਹੁਣ ਸਾਨੂੰ ਦੱਸੋ ਇਹ ਕਿਵੇਂ ਰਿਜ਼ਲਟ ਲੈ ਲਿਆ? ਇਹ ਜਨਾਬ ਅੱਲਾ ਦੇ ਹੁਕਮ ਨਾਲ ਤੇ ਸਾਡੀ ਮਿਹਨਤ ਦੇ ਨਾਲ। ਅੱਛਾ, ਬਹੁਤ ਲੰਬੀ ਮਿਹਨਤ ਇਹਦੇ ਪਿੱਛੇ ਜੀ, ਇੱਕ 7-8 ਸਾਲ ਦਾ ਇੱਕ ਟਾਈਮ ਪੀਰੀਅਡ ਇਹਦੇ ਪਿੱਛੇ ਸਾਰਾ। ਓਹੋ, ਬਿਲਕੁਲ ਸਹੀ ਗੱਲ ਹੈ, ਤੇ ਬਹੁਤ ਮਾਰਾਂ ਵੀ ਖਾਧੀਆਂ ਨੇ, ਤੇ ਉਸ ਤੋਂ ਬਾਅਦ ਅੱਲਾ ਦਾ ਕਰਮ ਹੋ ਗਿਆ ਆਪਣੇ ਵੰਡੇ ਦੀ ਸੂਰਤ 'ਚ। ਅੱਛਾ, ਮਾਸ਼ਾਅੱਲਾ, ਇਨਸਾਨ ਮੈਂ ਇੱਕ ਗੱਲ ਕਰਨਾ ਚਾਹੁੰਦਾ, ਇੱਥੇ ਇਨਸਾਨ ਮਾਰਾਂ ਖਾ ਦੇ ਉਤਾਂਦਾ ਹੈ, ਅਗਰ ਜਿਹੜਾ ਬੰਦਾ ਉਹ ਬਰਦਾਸ਼ਤ ਕਰ ਜਾਂਦਾ ਉਹ ਕਾਮਯਾਬ ਵੀ ਹੋ ਜਾਂਦਾ, ਅੱਲਾ ਉਹਨੂੰ ਇੱਜ਼ਤ 2 ਗੁਣੀ ਜ਼ਿਆਦਾ ਦੇ ਦਿੰਦਾ। ਜਿਸ ਤਰੀਕੇ ਮਾਸ਼ਾਅੱਲਾ ਅੱਜ ਤੁਹਾਨੂੰ ਅੱਲਾ ਨੇ ਉਹ ਮਕਾਮ ਅਤਾ ਕੀਤਾ। ਅੱਛਾ, ਮਾਰਾਂ ਖਾਧੀਆਂ, ਕਿੰਨਾ ਕੁ ਘਾਟਾ ਖਾਧਾ, ਕਿੰਨਾ ਕੁ ਨਫ਼ਾ ਕਮਾਇਆ, ਇਹ ਵੀ ਥੋੜ੍ਹਾ ਜਿਹਾ ਦੱਸ ਦਿਓ। ਤਕਰੀਬਨ ਅਸੀਂ ਆਪਣੀਆਂ ਜ਼ਿਮੀਂਦਾਰ ਬੰਦੇ ਆਪਣੀ ਪੈਲੀਆਂ ਵੇਚੀਆਂ, ਆਪਣੀ ਪ੍ਰਾਪਰਟੀ ਵੇਚੀ, ਇਹ ਸ਼ੌਕ ਨੂੰ ਛੱਡਿਆ ਨਹੀਂ। ਵਾਹ ਜੀ ਵਾਹ, ਇਹ ਸ਼ੌਕ ਨੂੰ ਛੱਡਿਆ ਨਹੀਂ, ਅਲਹਮਦੁਲਿਲਾ ਅੱਜ ਅੱਲਾ ਨੇ ਇਸ ਮੁਕਾਮ ਤੇ ਪਹੁੰਚਾਇਆ ਕਿ ਸਾਡਾ ਮਾਲ ਤੁਹਾਡੇ ਸਾਹਮਣੇ, ਵੰਡਾ ਵੀ ਸਾਡੇ ਕੋਲ ਇਸ 'ਤੇ ਮਾਲ ਬਣਦਾ, ਕਿ ਜਿਹੜੇ ਸਾਡੇ ਕੋਲ 14-15 ਫਾਰਮਰ ਸਾਡੇ ਕੋਲ ਆਣ ਕੇ ਲੈ ਕੇ ਜਾਂਦੇ, ਜਿਹੜੇ ਸਾਡੇ ਯਾਰ ਸੱਜਣ ਨੇ, ਹੋਰ ਵੀ ਕੋਈ ਸਾਈ ਦੋਸਤ ਚਾਹੁੰਦਾ ਉਹਨੂੰ ਵੀ ਅਸੀਂ ਦੇਣ ਵਾਸਤੇ ਤਿਆਰ ਹਾਂ, ਔਰ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਸਾਡਾ ਡੰਕੇ ਦੀ ਚੋਟ 'ਤੇ। ਕਿਆ ਕਹਿਣਾ, ਐਸੀ ਬਾਤੇ, ਮਾਸ਼ਾਅੱਲਾ, ਵਾਹ ਜੀ ਵਾਹ, 15-16 ਬੰਦੇ ਤੁਹਾਡੇ ਅਟੈਚ ਵੀ ਨੇ, ਉਹਨਾਂ ਨੂੰ ਵੰਡਾ ਵੀ ਤਿਆਰ ਹੈ ਜੀ, ਅਲਹਮਦੁਲਿਲਾ। ਜੇ ਅਗਰ ਕੋਈ ਮੇਰਾ ਭਰਾ, ਮੇਰਾ ਫੈਮਿਲੀ ਮੈਂਬਰ, ਮਤਲਬ ਸਮਝ ਗਿਆ ਜੀ, ਯੂਟਿਊਬ ਵਾਲੇ, ਫੇਸਬੁੱਕ ਵਾਲੇ, ਟਿਕਟੌਕ ਵਾਲੇ, ਸਨੇਕ ਵਾਲੇ, ਇੰਸਟਾਗ੍ਰਾਮ ਵਾਲੇ, ਉਹ ਵੀ ਚਸਕਾ ਲੈ ਸਕਦੇ ਤੁਹਾਡੇ ਵੰਡੇ ਦੇ? ਜ਼ਰੂਰ, ਇਨਸ਼ਾਅੱਲਾ।
ਮਜ਼ਾ ਆਏਗਾ ਉਹਨਾਂ ਨੂੰ, ਪੱਕੀ ਗੱਲ ਹੈ ਅਲਹਮਦੁਲਿਲਾ। ਮਜ਼ਾ ਐਵੇਂ ਝੂਠਾ ਸੇ ਦੇਣਾ ਜੇ ਕਿ ਵਾਕਈ ਰਿਜ਼ਲਟ ਆ ਦੇਣਾ ਅੱਲਾ ਦੇ ਹੁਕਮ ਨਾਲ ਪੱਕਾ, ਪੱਕੀ ਗੱਲ ਹੈ ਡੈਫੀਨਿਟ। ਅੱਛਾ ਉਸੇ ਬੰਦੇ ਦਾ ਕਮਾਲ ਹੈ ਆ ਹਾਜੀ ਅਰਸ਼ਾਦ ਦੇ ਬੰਦੇ ਦਾ? ਹਾਂਜੀ ਅਲਹਮਦੁਲਿਲਾ। ਵਾਹ ਜੀ ਵਾਹ, ਹਾਜੀ ਅਰਸ਼ਾਦ ਸਾਹਿਬ ਮਾਸ਼ਾਅੱਲਾ ਬੜੇ ਹੀ ਸਾਡੇ ਪੁਰਾਣੇ ਸੱਜਣ ਨੇ, ਅੱਲਾ ਉਹਨਾਂ ਦੀ ਉਮਰ ਦਰਾਜ਼ ਅਤਾ ਫਰਮਾਏ, ਲੰਮੀ ਤੋਂ ਲੰਬੀ ਅਤਾ ਫਰਮਾਏ, ਤੇ ਮਜ਼ੀਦ ਸਾਡੀਆਂ ਦੋਵਾਂ ਉਹਨਾਂ ਨਾਲ ਲੈ। ਮਾਸ਼ਾਅੱਲਾ ਜੀ, ਕਿਆ ਕਹਿਣਾ ਜੀ, ਮਾਸ਼ਾਅੱਲਾ। ਆ ਉਹ ਸਾਡਾ ਭਰਾ, ਸਲਾਮ ਹੋਵੇ ਭਾਈ ਜਾਨ। ਕੀ ਹਾਲ ਜੇ? ਤਬੀਤਾਂ ਸਿਹਤਾਂ ਠੀਕ ਨੇ? ਬੜੀ ਹਿੰਮਤ ਮਾਰੀ ਜੇ ਮਾਸ਼ਾਅੱਲਾ। ਮੈਂ ਤਾਂ ਅੱਜ ਆਪਣੇ ਭਰਾ ਦੇ ਫਾਰਮ ਤੇ ਆਇਆ ਤੇ ਮੇਰਾ ਜੋਸ਼ ਦੋ ਗੁਣਾ ਵੱਧ ਗਿਆ ਜੇ। ਤੇ ਮਾਸ਼ਾਅੱਲਾ ਬੜੀਆਂ ਤਾਰੀਫਾਂ ਮੈਂ ਸੁਣਿਆ ਤੁਹਾਡੇ ਬੰਦੇ ਦੀਆਂ। ਨਹੀਂ ਜੀ, ਬਸ ਇਹ ਅੱਲਾ ਦੀ ਕਰਮ ਨਵਾਜ਼ੀ, ਸਾਡੀਆਂ ਤਾਰੀਫਾਂ ਹੀ ਵੰਡੇ ਦੀਆਂ ਕਾਹਦੀਆਂ। ਅੱਛਾ ਅੱਛਾ, ਤੇ ਅੱਲਾ ਨੇ ਰਿਜ਼ਲਟ ਦੇਣਾ ਹੋਵੇ ਉੱਥੇ ਵੰਡੇ ਛੰਡੇ ਦਾ ਨਹੀਂ ਮਾਮਲਾ ਹੁੰਦਾ। ਵਾਕਈ ਇਹ ਅੱਲਾ ਦੀ ਮਿਹਰਬਾਨੀ। ਮਾਸ਼ਾਅੱਲਾ ਜੀ, ਅੱਲਾ ਖੁਸ਼ ਰੱਖੇ। ਮਾਸ਼ਾਅੱਲਾ ਪਿੱਛੇ ਰੱਖੀ ਜੇ ਹਲਾ ਬਿਸਮਿਲ੍ਲਾ ਕਾਹਦਾ ਫਾਰਮ ਫਰੀਜ਼ਾ ਕੁਰਬਾਨੀ ਕਿ ਲਈ ਖੂਬਸੂਰਤ ਜਾਣ ਦੱਸੇ ਆ, ਕਿਉਂਕਿ ਮੇਰੀ ਨਜ਼ਰ ਕਮਜ਼ੋਰ ਹੈ ਤਾਂ ਮੈਂ ਥੋੜ੍ਹੇ ਆਨੇ ਪੱਟ ਕੇ ਵੇਖ ਰਿਹਾ ਜੇ। ਅੱਗੇ ਬਾਈ ਬਾਈ ਕੈਟਲ ਕੇਅਰ ਫਾਰਮ। ਅੱਛਾ ਜੀ, ਹਾਜੀ ਸਾਹਿਬ ਹੁਣ ਮੈਂ ਐਂਟਰ ਕਰ ਲਵਾਂ? ਆਓ ਜੀ ਬਾਈ ਜਾਨ। ਮਾਸ਼ਾਅੱਲਾ ਜੀ, ਅਤੇ ਗੱਲਾਂ ਹੋਣਦੀਆਂ ਇੱਧਰ ਸਾਫ਼। ਮਾਸ਼ਾਅੱਲਾ। ਅੱਛਾ, ਤੁਸੀਂ ਬੜੀਆਂ ਬੜੀਆਂ ਮਾਰਾਂ ਤਾਂ ਖਾਧੀਆਂ, ਤਕਰੀਬਨ ਨੁਕਸਾਨ ਕਿੰਨਾ ਕੁ ਖਾਧਾ ਜੀ? ਸਹੀ ਦੱਸਿਆ ਜੀ, ਤਕਰੀਬਨ ਤਕਰੀਬਨ ਅਸੀਂ 5 ਸਾਲ ਬਹੁਤ ਮਾਰ ਖਾਧੀ। ਅੱਛਾ, 5 ਸਾਲ ਹੀ? ਹਾਂ, 5 ਸਾਲ ਬਹੁਤ ਮਾਰ ਖਾਧੀ ਹੈ। ਉਸ ਤੋਂ ਬਾਅਦ ਕੋਈ ਅੱਲਾ ਨੇ ਬਾਂਹ ਫੜਨੀ ਸ਼ੁਰੂ ਕੀਤੀ ਹੈ ਤੇ ਅੱਜ ਜਾਨਵਰਾਂ ਦੀ ਸੂਰਤ ਤੇ ਵੰਡੇ ਦੀ ਸੂਰਤ ਤੇ ਅੱਲਾ ਨੇ ਕਰਮ ਕੀਤਾ ਸਾਡੇ ਉੱਤੇ ਤੇ ਬਾਕੀ ਮਾਮਲਾ ਤੁਹਾਡੇ ਸਾਹਮਣੇ ਨੇ। ਅੱਛਾ, ਮੈਂ ਇੱਕ ਹੋਰ ਚੀਜ਼ ਇੱਥੇ ਸਵਾਲ ਕਰਨਾ ਚਾਹੁੰਦਾ ਤੁਹਾਨੂੰ ਚਾਚੂ ਜੀ, ਤੁਹਾਡੇ ਕੋਲ ਸਵਾਲ ਕਰਨਾ ਚਾਹੁੰਦਾ, ਇਹ ਸਲਾਟਰ ਹਾਊਸ ਦਾ ਵੀ ਕੰਮ ਕਰਦੇ ਰਹੇ ਜੇ ਜਾਂ ਆਇਆ ਕਿ ਸਿਰਫ ਕੁਰਬਾਨੀ ਵਾਲੇ ਬੱਚਿਆਂ ਦਾ ਕੰਮ ਕਰਦੇ ਰਹੇ? ਅਸੀਂ ਆਲਰੇਡੀ ਸਾਰਾ ਸਲਾਟਰ ਦਾ ਵੀ ਕਰ ਰਹੇ ਹਾਂ ਔਰ ਕੁਰਬਾਨੀ ਦਾ ਵੀ ਕਰ ਰਹੇ ਹਾਂ। ਅੱਛਾ, ਪਰ ਲੋਕੀ 3 ਮਹੀਨੇ ਦਾ ਵੰਡਾ ਪਾ ਕੇ 3 ਮਹੀਨੇ ਪੀਰੀਅਡ ਤੇ ਮਾਲ ਘਟਾਉਂਦੇ ਨੇ, ਅਸੀਂ 2 ਮਹੀਨੇ ਦੇ ਇਸ ਵੰਡੇ ਦੇ ਸਿਰ ਤੇ 2 ਮਹੀਨੇ ਦੇ ਪੀਰੀਅਡ ਤੇ ਮਾਲ ਘਟਾਇਆ। ਕਿਆ ਬਾਤ ਹੈ ਭਾਈ ਜਾਨ, ਇੰਨਾ ਰਿਜ਼ਲਟ ਜੀ? ਮਾਸ਼ਾਅੱਲਾ ਜੀ, ਇਹ ਬੰਦਾ ਫਿਰ ਦਿਓ ਦਾ ਕਿੰਨੇ ਦਾ? ਇਹ ਵੀ ਤਾਂ ਥੋੜ੍ਹੀ ਇੱਥੇ ਗੱਲ ਮੈਂ ਪੜ੍ਹ ਲੈਣਾ ਤੁਹਾਡੀ। ਇਹ ਜਨਾਬ ਲੋਕੀ ਤੇ ਲੋਕਾਂ ਨੂੰ ਅਸੀਂ ਬੜਾ ਕੁਝ ਦੇਣੇ, ਤੁਹਾਨੂੰ ਅਸੀਂ ਆਪਣੇ ਪਿਆਰ ਨਾਲ 3600 ਰੁਪਇਆ ਦੇਵਾਂਗੇ। 3600 ਦਾ ਮਾਣ ਆਵੇਗਾ ਤੇ ਨਾਲ ਹੋਮ ਡਿਲੀਵਰੀ ਫ੍ਰੀ ਹੈ? ਨਹੀਂ ਨਹੀਂ, ਹੋਮ ਡਿਲੀਵਰੀ ਫ੍ਰੀ ਨਹੀਂ, ਕਿਉਂਕਿ ਮੈਨੂੰ ਆਦਤ ਹੈ। ਨਹੀਂ ਨਹੀਂ, ਉਹ ਨਹੀਂ, ਉਹ ਤੁਹਾਨੂੰ ਦਰਖਾਸਤ ਹੀ ਹੈ ਨਾ, ਤਾਂ ਫਿਰ ਵੀ ਤੁਹਾਨੂੰ ਰਿਆਇਤ ਕਰਕੇ ਦੇ ਰਹੇ। ਅੱਛਾ, 3600 ਆਮ ਰੂਟੀਨ ਬਾਜ਼ਾਰ ਹੈ ਜੇ 2500 ਦਾ ਮਿਲਦਾ, 3000 ਦਾ ਮਿਲਦਾ, 3200 ਦਾ ਮਿਲਦਾ? ਉਹ ਸਰ ਪਾ ਕੇ ਵੇਖ ਲਿਆ ਉਹਦਾ ਕੋਈ ਰਿਜ਼ਲਟ ਨਹੀਂ। ਅੱਛਾ, ਇਹ ਅਸੀਂ ਆਪਣੇ ਹੱਥੀ ਬਣਾਇਆ ਔਰ ਇਹਦੀ ਜਿਹੜੇ ਰਿਜ਼ਲਟ ਤੁਹਾਡੇ ਸਾਹਮਣੇ। ਮੈਂ ਬਾਈ ਕੋਲ ਇੱਥੇ ਇਹੋ ਸਵਾਲ ਕਰਨਾ ਚਾਹੁੰਦਾ, ਤੁਹਾਡਾ ਕੀ ਕਹਿਣਾ? ਆ ਕੇ ਐਡੇ ਮਹਿੰਗੇ ਬੱਚੇ ਲਿਆ ਕੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਵੰਡਾ ਫਿਰ ਸਸਤਾ ਪਾਉਣਾ ਚਾਹੀਦਾ ਜਾਂ ਮਹਿੰਗਾ ਪਾਉਣਾ ਚਾਹੀਦਾ? ਨਹੀਂ ਭਾਈ ਜਾਨ, ਅਗਰ ਸਸਤਾ ਵੰਡਾ ਪਾਓਗੇ ਤਾਂ ਤੁਹਾਡਾ ਨੁਕਸਾਨ ਹੱਲ ਜਾਏਗਾ। ਬਿਲਕੁਲ ਸਹੀ ਗੱਲ, ਜਾਨਵਰ ਖਾ ਕੇ ਜ਼ਾਇਆ ਕਰਨਗੇ। ਹਾਂਜੀ, ਜਿੱਥੇ ਤੁਸੀਂ 500 ਦਾ ਸਸਤਾ ਪਾ ਲੈਣਾ, 500 ਉੱਤੇ ਪਾ ਕੇ ਲਿਆਓ ਵੰਡਾ ਚੰਗਾ, ਹਾਂ, ਅਤੇ ਜਾਨਵਰ ਤੁਹਾਨੂੰ ਉਹਦਾ ਰਿਜ਼ਲਟ ਦੇਣਗੇ। ਤੁਹਾਨੂੰ ਮਾਸ਼ਾਅੱਲਾ 7 ਸਾਲ ਦਾ ਐਕਸਪੀਰੀਅੰਸ, ਚਾਚੂ ਜੀ ਕਿੰਝ ਦਾ ਗੁਜ਼ਰਿਆ? ਮੁਸ਼ਕਲਾਤ ਕਿੱਥੇ ਕਿੱਥੇ ਜ਼ਿਆਦਾ ਆਈਆਂ ਨੇ ਮੇਰੇ ਵਿਵਰ ਤੱਕ, ਉਹ ਪੈਗਾਮ ਦਿਓ, ਉਸ ਤੋਂ ਬਾਅਦ ਕੁਰਬਾਨੀ ਦੀਆਂ ਗੱਲਾਂ ਬੱਚਿਆਂ ਨੇ। ਹਾਂਜੀ, ਜਦੋਂ ਅਸੀਂ ਸ਼ੁਰੂ ਕੀਤਾ ਨਾ ਕੰਮ, ਹਾਂ, ਤੇ ਜਿਵੇਂ ਜਿਵੇਂ ਲੋਕਾਂ ਮਸ਼ਵਰਾ ਦਿੱਤਾ ਅਸਾਂ ਵੇਖਿਆ, ਲੇਕਿਨ ਕੋਈ ਕੁਝ ਕਰਜ ਨਹੀਂ, ਜਿਵੇਂ ਆਪਣੇ ਹੱਥੀਂ ਮਿਹਨਤ ਕੀਤੀ, ਆਪਣੇ ਹੱਥੀਂ ਲਿਆ ਕੇ ਬਣਾਇਆ, ਬਿਲਕੁਲ ਵੇਖਿਆ, ਤੇ ਫਿਰ ਅੱਲਾ ਨੇ ਕਰਮ ਕੀਤਾ ਤੇ ਅੱਲਾ ਨੇ ਰਿਜ਼ਲਟ ਦਿੱਤਾ ਸਾਨੂੰ। ਵਾਹ ਜੀ ਵਾਹ, ਫਿਰ ਜਿਹਾ ਰਿਜ਼ਲਟ ਮਿਲਿਆ, ਬਿਲਕੁਲ ਸਹੀ ਗੱਲ ਹੋ ਗਈ। ਮਾਸ਼ਾਅੱਲਾ, ਹੁਣ ਬੱਚਿਆਂ ਨੂੰ ਕਰਾਉਣੇ ਆ ਸ਼ੌਕ। ਅੱਛਾ, ਮੈਂ ਆਖਰੀ ਸਵਾਲ ਇੱਕ ਹੋਰ ਵੀ ਕਰਨਾ ਚਾਹੁੰਦਾ ਤੁਹਾਡੇ ਦੋਵਾਂ ਕੋਲੋਂ, ਬੱਚਾ ਫਾਰਮਿੰਗ 'ਚ ਮਾਸ਼ਾਅੱਲਾ ਸਭ ਤੋਂ ਮੇਨ ਪੁਆਇੰਟ ਕਿਹੜੇ ਕਿਹੜੇ ਨੇ ਤੁਹਾਡੀ ਨਜ਼ਰ 'ਚ? ਯਾਦ ਹੈ ਮੈਂ ਕਰਵਾ ਦਿਆ ਜਾਂ ਤੁਸੀਂ ਸਵਾਲ ਜਵਾਬ ਦਿਓ? ਜਾਂ ਬੱਚਾ ਖਰੀਦਣਾ ਹੈ, ਜਾਂ ਖੁਰਾਕ ਹੈ, ਜਾਂ ਮੈਨੇਜਮੈਂਟ ਹੈ, ਤੁਸੀਂ ਕਿਹਨੂੰ ਸਮਝਦੇ ਜੇ? ਅਸੀਂ ਸਭ ਤੋਂ ਜ਼ਿਆਦਾ ਜਿਹੜੀ ਨਾ ਉਹ ਖੁਰਾਕ ਅਤੇ ਮੈਨੇਜਮੈਂਟ ਹੈ।
ਅੱਛਾ ਤੇ ਖਰੀਦਦਾਰੀ ਖਰੀਦਦਾਰੀ ਵੀ ਅੱਛੀ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਖਰੀਦਦਾਰੀ ਮਹਿੰਗੀ ਹੋ ਗਈ ਫਿਰ ਤੁਹਾਡਾ ਕੀ ਅਸਰ ਹੋਏਗਾ? ਖਰਾਬ ਹੋ ਜਾਏਗਾ ਕੰਮ। ਦੋਸਤਾਂ ਨੂੰ ਕੀ ਕਹਿਣਾ ਚਾਹੋਗੇ ਕੰਮ ਦੇ ਹਵਾਲੇ ਨਾਲ? ਖਰੀਦਦਾਰੀ ਵੀ ਅੱਛੀ ਹੋਣੀ ਚਾਹੀਦੀ ਹੈ ਔਰ ਵੰਡਾ ਵੀ ਅੱਛਾ ਹੋਣਾ ਚਾਹੀਦਾ, ਆਪਣੀ ਮੈਨੇਜਮੈਂਟ ਵੀ ਜਿਹੜੀ ਬਰਾਬਰ ਦੀ ਹੋਣੀ ਚਾਹੀਦੀ। ਬਿਲਕੁਲ ਸਹੀ ਹੋ ਗਿਆ। ਹੁਣ ਆਪਣੇ ਫਾਰਮ ਦੇ 50 ਬੱਚਾ ਖੜਾ ਜਾਂ ਕੀ ਮੁਹੱਬਤਾਂ ਨੇ ਇੱਥੇ ਇੱਕ ਸਾਈਡ ਤੋਂ ਲੱਗੀਏ, ਇੱਕ ਬੱਚੇ ਦਾ ਰੇਟ ਦੱਸੋਗੇ ਜਾਂ ਰੇਟ ਇੱਥੇ ਆ ਕੇ ਦੱਸੋਗੇ? ਤੁਸੀਂ ਸਾਰੇ ਚੈੱਕ ਕਰ ਲਓ, ਮੈਂ ਰੇਟ ਇੱਥੇ ਆਣ ਕੇ ਦੱਸਾਂਗਾ। ਮੇਰੇ ਤੇ ਪਾਲੇ ਹੋਏ ਨੇ ਹੱਥ। ਅੱਛਾ, ਮੈਂ ਜਿਹਨੂੰ ਨਾਂ ਰੱਖ ਮੈਂ ਇੱਥੋਂ ਦੱਸ ਦਿਆਂਗਾ। ਨਹੀਂ ਹੁੰਦਾ ਨਾ, ਮਿਸਾਲ ਤੌਰ ਤੇ ਮੈਂ ਤੁਹਾਡੇ ਨਾਲ ਚੱਲਣਾ ਜੀ, ਤੁਸੀਂ ਇੱਕ ਬੱਚੇ ਦਾ ਰੇਟ ਆ ਵੱਡੇ ਬੱਚਿਆਂ ਦਾ ਦੱਸੋ ਔਰ ਛੋਟੇ ਬੱਚਿਆਂ ਨੂੰ ਦੱਸ ਸਕਦੇ ਜਾਂ ਫਿਰ ਪਰਸਨਲ? ਇਹ 7.5 ਲੱਖ ਤੋਂ ਬੱਚਾ ਪੈਂਦਾ ਜੀ ਸਾਨੂੰ। 7.5 ਰੇਟ ਤੁਸੀਂ ਦੱਸੋ ਕੀ ਲਵੋਗੇ? 7.5 ਲੱਖ ਰੁਪਏ ਦਾ। ਅਗਰ ਕੋਈ ਸਾਰੇ ਬੱਚੇ ਚੁੱਕਦਾ ਹਾਂਜੀ ਫਿਰ ਮੁਹੱਬਤਾਂ ਕੀ ਨੇ? ਤਕਰੀਬਨ 7.25 ਦੇ ਵਿੱਚ ਦੇ ਦਿਆਂਗੇ ਬਸ ਇੰਨੇ। ਉਹ 7.5 ਲੱਖ 50 ਹਜ਼ਾਰ ਹੁੰਦਾ? ਹਾਂਜੀ ਪੱਕੀ ਗੱਲ ਹੈ। ਲਓ ਜੀ 7.25 ਲੱਖ। ਇਹ ਕਿੰਨੇ ਵੱਡੇ ਬੱਚੇ ਨੇ? ਇਹ ਤਕਰੀਬਨ ਜੀ 23 ਬੱਚੇ ਨੇ। ਲਓ 27 ਬੱਚੇ, 22-27 ਕਹਿ ਰਹੇ ਨੇ, 27 ਬੱਚੇ ਨੇ। ਮੈਂ ਬੱਚਾ ਵਿਖਾਉਣਾ ਚਾਹੁੰਦਾ ਜੀ ਬਾਈ ਜਾਨ, ਆਹ ਚੈੱਕ ਕਰੋ ਜੀ ਮਾਸ਼ਾ ਅੱਲਾ ਬੱਚਾ ਚੈੱਕ ਕੀਤੀ ਹੋ ਤੁਸੀਂ ਤਸੱਲੀ ਦੇ ਨਾਲ, ਜਿਹਨੂੰ ਕਿਸੇ ਨੂੰ ਪਸੰਦ ਆਵੇ ਵਿੱਚ ਵੀਡੀਓ 'ਚ ਵੀ ਚੱਲ ਰਹੇ ਅਤੇ ਮਜ਼ੀਦ ਇਹ ਵੀ ਚੈੱਕ ਕੀਤੀ ਹੋ ਮਾਸ਼ਾ ਅੱਲਾ, ਕਿਆ ਬਾਤ ਹੈ ਜੀ ਬਾਈ ਜਾਨ, ਇਹ ਤਸੱਲੀ ਨਾਲ ਚੈੱਕ ਕਰੋ। ਇਹ ਬੱਚੇ ਮਾਸ਼ਾ, ਦੂਸਰੀ ਸਾਈਡ 'ਤੇ ਬਲੈਕ ਬੱਚੇ ਵੀ ਖੜੇ ਨੇ, ਉਹ ਵੀ ਵਿਖਾਉਣਾ ਚਾਹੁੰਦਾ ਮੈਂ। ਆ ਜਾਓ ਤੁਸੀਂ ਨਾਲ ਨਾ ਮੇਰੇ, ਕਾਲਾ ਬ੍ਰਾਂਡ ਕੋ ਦੋਸਤ ਜ਼ਰਾ ਸ਼ਕੀਨ ਹੈ ਕਾਲਿਆਂ ਦਾ, ਆ ਜਾਓ ਫਿਰ ਹਾਜ਼ਰ ਸ਼ਾਹ ਸਾਹਿਬ ਦੇ ਫਾਰਮ ਦੇ। ਮਾਸ਼ਾਅੱਲਾ ਬਿਸਮਿਲ੍ਲਾ ਕੈਟਲ ਫਾਰਮ, ਬਾਈ ਬਾਈ ਕੈਟਲ ਫਾਰਮ, ਕਿਆ ਬਾਤ ਹੈ, ਕਿਆ ਕਹਿਣੇ ਭਾਈ। ਆਏ ਬੱਚੇ ਕਿੱਥੋਂ ਕੱਢਦੇ ਨੇ ਚਾਚਾ? ਆਏ ਜੇ ਕਾਲੇ ਮਾਸ ਬੋਰੇ ਸੱਚੇ ਠੀਕ ਹੈ, ਕਿੱਥੋਂ ਕੱਢੇ ਜੇ? ਇਹ ਸਰਕਾਰ, ਇਹ ਮਿਹਨਤ ਦਾ ਰਿਜ਼ਲਟ ਹੈ, ਇਹ ਮਿਹਨਤ ਕੀਤੀ ਹੈ। ਮੰਡੀਆਂ ਸਾਰੇ ਧੱਕੇ ਖਾਧੇ ਨੇ, ਲੁੱਟਣ ਗਏ, ਮੁਲਤਾਨ ਗਏ, ਸਾਰਾ ਫਿਰ ਕੇ ਲਾਹੌਰ ਸ਼ਾਹਪੁਰ ਕਾਂਜਣਾ ਫਿਰ ਕੇ ਤੇ ਫਿਰ ਲੱਭੇ ਨੇ ਸਜਾਦੇ ਚਾਚਾ ਆ ਗਏ। ਹੈ ਚਾਚਾ ਮੈਨੂੰ ਇਹ ਦੱਸ, ਇਹਨਾਂ ਸਾਰੀਆਂ ਮੰਡੀ ਦੀ ਮਾਂ ਕਿਹੜੀ ਨਿਕਲੀ ਆ? ਚੰਗੀ ਮੰਡੀ ਸ਼ਾਹਪੁਰ ਕਾਂਜਣਾ। ਹਾਂ ਹਾਂ, ਲੋਕੀ ਹੋਏ ਸ਼ਾਹਪੁਰ ਕਾਂਜਣਾ, ਸਭ ਤੋਬਾ ਤੋਬਾ ਕਰਦੇ ਜਾਂਦੇ ਹਾਂ ਜੀ, ਬਿਹਤਰੀਨ ਮੰਡੀ। ਪੱਕੀ ਗੱਲ ਹੈ ਹਾਂਜੀ, ਉਹ ਤੁਹਾਨੂੰ ਸੱਸੇ ਲੱਭਦੇ, ਤੁਹਾਡਾ ਤਜਰਬਾ ਹੋ ਗਿਆ। ਇੱਥੇ ਮੇਰੇ ਰੰਗਾ ਜਾਵੇ ਜਾਂ ਹੋਰ ਕੋਈ ਨਵਾਂ ਫਾਰਮਰ ਜਾਵੇ, ਉਹ ਤਾਂ ਕੰਘੀ ਥੱਲੇ ਆ ਗਿਆ ਨਾ, ਤੇ ਤੁਹਾਡਾ ਕੀ ਕਹਿਣਾ ਹੈ? ਸ਼ਾਹਪੁਰ ਕਾਂਜਣਾ ਕਿਵੇਂ ਬੰਦਾ ਬਚ ਸਕਦਾ? ਸ਼ਾਹਪੁਰ ਕਾਂਜਣਾ ਜੀ ਬਿਹਤਰੀਨ ਮੰਡੀ ਹੈ, ਇੰਟਰਨੈਸ਼ਨਲ ਮੰਡੀ ਹੈ, ਸਾਰੇ ਦੁਨੀਆ ਦੇ ਲੋਕ ਇੱਥੋਂ, ਸਾਡੇ ਪਾਕਿਸਤਾਨ ਦੇ ਲੋਕ ਇੱਥੇ ਇਕੱਠੇ ਹੁੰਦੇ ਨੇ, ਵਪਾਰੀ ਵੀ ਔਰ ਸੇਲਮੈਨ ਵੀ ਸਾਰੇ ਇੱਥੇ। ਬਹੁਤ ਅੱਛੀ ਮੰਡੀ ਹੈ ਜੀ ਔਰ ਇਸ ਤੋਂ ਮੈਂ ਤਜਰਬਾ ਹਾਸਲ ਕੀਤਾ ਹੈ। ਮੈਂ ਦੂਰ ਦੂਰ ਜਾ ਕੇ ਵੇਖਿਆ, ਜਿਹੜੀ ਸਾਡੇ ਪੰਜਾਬ ਦੀ ਮੰਡੀ ਲਾਹੌਰ ਦੀ ਹੈ, ਇਹਦੇ ਨਾਲ ਦੀ ਕੋਈ ਮੰਡੀ ਨਹੀਂ। ਵਾਹ ਜੀ ਕਿਆ ਬਾਤ ਹੈ ਜੀ, ਸ਼ਾਹਪੁਰ ਕਾਂਜਣਾ ਮੰਡੀ ਦਾ ਟਿਪਸ ਦੇ ਰਹੇ ਨੇ ਜੀ। ਅੱਛਾ ਹੁਣ ਆ ਜਾਂਦੇ ਹਾਂ ਉਹਨਾਂ ਬੱਚਿਆਂ ਦੇ, ਆਓ ਬੱਚੇ ਆ ਪੂਰੀ ਲਾਟ ਕੋਈ ਚੁੱਕਦਾ ਹੈ? ਹਾਂਜੀ ਕੀ ਰੇਟ ਲਾਓਗੇ ਇਹਦਾ ਜਨਾਬ? 3.5 ਲੱਖ। ਕੋਈ ਮੁਹੱਬਤ? ਮੁਹੱਬਤ ਇਹ ਜੀ ਇਧਰ ਸਾਡੀ ਫੈਮਿਲੀ ਦਾ, ਹਰ ਬੇਦਾੜੀ ਨੂੰ ਵੇਖੋ ਨਾ ਮੇਰੀ ਨੂੰ ਵੀ। 3.5 ਦੇ ਜੀ, 3.5 ਦੇ ਸਾਹਿਬ ਦੇ ਬਾਈ ਜਾਣਾ ਉੱਠੋ ਟੋਇਆਂ 'ਚ ਖੜੇ ਨੇ, ਨੀਵੇਂ ਉੱਚੇ ਨੇ, ਮਾਸ਼ਾਅੱਲਾ ਚੈੱਕ ਕਰੋ। ਮੈਂ ਉੱਧਰ ਫਿਰ ਘੁੰਮ ਕੇ ਦਿਖਾ ਦੇਣਾ ਇੱਥੇ ਹੀ।